ਅਸੀਂ ਚੰਦ ਛਿੱਲਣਾ ਪਿੱਛੇ ਜੇ ਜ਼ਮੀਨਾਂ ਵੇਚ ਕੇ ਜਾਣਾ ਹੈ, ਪਰ ਕਿਉਂ ਸ਼ਿਵ ਘਰ ਨਰਕਿਆਂ ਨੂੰ ਮਰਵਾਇਆ, ਕਿਉਂ ਖੂਨ ਡੋਲਿਆ, ਕਿਉਂ ਬਾਰਡਰਾਂ ਦੇ ਬੈਠੇ ਹਾਂ? ਉਹ ਇਹੀ ਤਾਂ ਥੋੜ੍ਹੀ ਜ਼ਮੀਨ ਲੈਣਾ ਚਾਹੁੰਦੇ, ਫਿਰ ਜੋ ਤੇ ਜਾਓ। ਉਹਨਾਂ ਦੀ ਤਿਆਰੀ ਅਤੇ ਸਾਡੀ ਤਿਆਰੀ ਫਰਕ ਸੀ। ਜੋ ਅਸੀਂ ਅਨੁਮਾਨ ਲਾਇਆ ਕਿ 2020 ਦੇ ਅੰਦੋਲਨ ਦੇ ਮੁਤਾਬਕ ਹਜ਼ਾਰਾਂ ਗੁਣਾ ਤਿਆਰੀ ਨਾਲ ਸੀ, ਸਾਡੀ ਰਣਨੀਤੀ ਉਵੇਂ ਨਹੀਂ ਸੀ। ਇੱਕ ਪਾਸੇ ਸਾਲਟਾਂ, ਸਲਾਰਾਂ, ਰਬੜ ਦੀਆਂ ਗੋਲੀਆਂ, 12 ਬੋਰ ਦੇ ਫੈਰ, 32 ਬੋਰ ਦੇ ਫੈਰ, ਥਰੂ ਕਹਿਣ ਦੇ ਗੋਲੇ ਆ ਰਹੇ ਆ, ਡਾਂਗਾਂ ਆ ਰਹੀਆਂ ਨੇ, ਇੱਕ ਪਾਸੇ ਅਸੀਂ ਖਾਲੀ ਹੱਥ। ਜਿਹੜੀ ਆਵਾਜ਼ ਸੀ ਸਾਲ ਕੁ ਪਹਿਲਾਂ ਇੱਕ ਵਾਰੀ ਦਬਾਈ ਗਈ ਸੀ, ਅੱਜ ਫਿਰ ਬੁਲੰਦ ਹੋ ਰਹੀ ਹੈ ਭਾਈ ਅੰਮ੍ਰਿਤ। ਭੋਗਾਂ ਦੇ ਇਕੱਠ ਕਰਨ ਵਾਲੇ ਆ, ਬਰਸ਼ੀਆਂ ਮਨਾਉਣ ਵਾਲੇ ਆ, ਜਿੱਦੇ ਅੰਦਰ ਕੋਈ ਸਾਡਾ ਉੱਥੇ ਨੌਜਵਾਨ ਡਿਬਰੂਗੜ੍ਹ ਬੈਠਾ, ਕੋਈ ਚੜ੍ਹਾਈ ਕਰ ਗਿਆ, ਉੱਥੇ ਚੱਕ ਕੇ ਸਾਰੇ ਫਿਰ ਭੋਗ 'ਤੇ ਪਹੁੰਚਾਂਗੇ। ਪਹਿਲਾਂ ਜਾਂਦੇ ਜੀ ਅਸੀਂ ਕਿਸੇ ਦੀ ਬਾਤ ਨਹੀਂ ਪੁੱਛਣੀ, ਇਹ ਤਾਂ ਦੁਖਾਂਤ ਆ। ਚੀਸ ਨਿਕਲੀ ਬਾਈ ਮਨ 'ਚੋਂ ਜਿੱਦੇ ਅੰਮ੍ਰਿਤਪਾਲ ਦੀ ਮਾਤਾ ਨੇ, ਮੈਂ ਅੰਮ੍ਰਿਤਸਰ ਗਿਆ, ਕਹਿੰਦੀ ਪੁੱਤ ਨਾਲ ਖੜੋ। ਮੈਂ ਹਜੇ ਇੱਕ ਮਾਂ ਨੂੰ ਪਕਾਰ ਕਰਨੀ ਪੈ ਜੇ ਉਸ ਯੋਧੇ ਦੀ ਖਾਤਰ ਜਿਹੜਾ ਤੁਹਾਡੀ ਖਾਤਰ ਤੁਹਾਡੀਆਂ ਨਸਲਾਂ ਬਚਾਉਣ ਖਾਤਰ ਆਇਆ ਇੱਥੇ। ਸੋ ਨਸ਼ੇ ਛੁਡਾਏ, ਸਿੱਖੀ ਨਾਲ ਜੋੜਿਆ, ਇਤਿਹਾਸ ਨਾਲ ਜੋੜਿਆ, ਦਸਤਾਰਾਂ 'ਤੇ ਦਮਾਲਿਆਂ 'ਤੇ ਨੌਜਵਾਨੀ ਆ ਗਈ ਸੀਗੀ, ਕਾਤਰੇ ਪੈ ਗਏ ਸੀ ਨੌਜਵਾਨੀ ਦੇ, ਉਹ ਨੌਜਵਾਨ ਖਤਰਾ 'ਚ ਕਿੱਥੇ ਗਏ ਯਾਰ? ਉਹ ਨੌਜਵਾਨ ਇਕੱਠੇ ਕਿਉਂ ਨਹੀਂ ਹੋ ਰਿਹਾ ਬਾਈ? ਕਿੰਨਾ ਇਕੱਠ ਹੁੰਦਾ ਅੰਮ੍ਰਿਤਸਰ, ਕਿੰਨੇ ਕੁ ਬੰਦੇ ਆ? ਅਤੇ ਸਰਕਾਰ ਨੇ ਸਪੱਸ਼ਟ ਜਵਾਬ ਦਿੱਤਾ, ਅੱਜ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ, ਕਿ ਜੇ ਉਹਨਾਂ ਨੂੰ ਡਬਰੂਗੜ੍ਹ ਦੇ ਬੰਦੀਆਂ ਨੂੰ ਇੱਥੇ ਲਿਆਂਦਾ ਗਿਆ ਕਿਸੇ ਪੰਜਾਬ ਦੀ ਜੇਲ੍ਹ 'ਚ, ਲੋਕ ਜੇਲ੍ਹ ਮੂਹਰੇ ਗੁਰਦੁਆਰਾ ਖੋਲ੍ਹ ਲੈਣ। ਇਹ ਮਾਨਸਿਕਤਾ ਇੱਥੋਂ ਦੇ ਮੁੱਖ ਮੰਤਰੀ ਦੀ, ਜਿਹੜਾ ਕਹਿੰਦਾ ਮੈਂ ਕਿਸਾਨਾਂ ਨਾਲ, 8 ਦਿਨਾਂ ਬਾਅਦ ਐਫ ਆਈ ਆਰ ਦਰਜ ਹੋਈ ਹੈ ਸ਼ੁਰੂ ਕਰਨ ਦੀ, ਉਹ ਵੀ ਅਣਪਛਾਤਿਆਂ 'ਤੇ। ਬਹਿਬਲ ਗੋਲੀ ਚੱਲੀ ਸੀਗੀ, ਇਹੀ ਭਗਵੰਤ ਸਿੰਘ ਕਹਿੰਦਾ ਹੁੰਦਾ ਸੀਗਾ ਕਿ ਅਣਪਛਾਤੀ ਪੁਲਿਸ ਕਿਵੇਂ ਹੋ ਗਈ, ਇਹ ਤਾਂ ਪਰਚਾ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ 'ਤੇ ਹੋਣਾ ਚਾਹੀਦਾ। ਅੱਜ ਅਣਪਛਾਤੀ ਪੁਲਿਸ ਕਿਵੇਂ, ਬੰਦੇ ਕੁਛ ਵੀ ਨਹੀਂ, ਨਾ ਪੁਲਿਸ ਨਾ ਬੰਦੇ, ਅਣਪਛਾਤਿਆਂ 'ਤੇ 0 ਐਫ ਆਈ ਆਰ ਹੈ। ਜੋ ਪਰਚਾ ਹਰਿਆਣੇ ਦੇ ਗ੍ਰਹਿ ਮੰਤਰੀ 'ਤੇ ਬਣਦਾ, ਉੱਥੋਂ ਦੇ ਡੀ ਜੀ ਪੀ 'ਤੇ ਬਣਦਾ, ਉੱਥੋਂ ਦੇ ਮੌਜੂਦਾ ਜਿਹੜੇ ਚਲਾਉਣ ਵਾਲੇ ਗੋਲੀਆਂ ਉਹਦੇ ਬਣਦਾ, ਉਹ ਅਣਪਛਾਤਿਆਂ ਦੀ ਕਰਤਾ। ਉਹ ਵੀ 8 ਦਿਨ ਲੋਕਾਂ ਨੇ ਸੜਕਾਂ 'ਤੇ ਬਹਿ ਕੇ ਪਰਚਾ ਦਰਜ ਕਰਾਇਆ, ਜਿਹੜੀਆਂ ਲੱਤਾਂ ਬਣਦੀਆਂ, ਅੱਖਾਂ ਕੱਟਤੀਆਂ, ਬਾਹਾਂ ਤੋੜਤੀਆਂ, ਚੱਕ ਕੇ ਲੈ ਗਏ, ਉਹਨਾਂ 'ਤੇ ਕੋਈ ਭਲੇ ਮੁਕੱਦਮਾ ਨਹੀਂ ਦਰਜ ਹੋਇਆ। ਮਸ਼ੀਨਰੀ ਭੰਨ ਗਏ, ਉਹ ਕੋਈ ਮੁਕੱਦਮਾ ਨਹੀਂ ਦਰਜ ਹੋਇਆ। ਉਲਟਾ ਜਿਹੜੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਲਗਾਏ ਆ, ਉਹਨਾਂ ਦੇ 307 ਦੇ ਪਰਚੇ ਆ, ਕਰਤਪਾਲ ਦੇ 307 ਦਾ ਪਰਚਾ ਦਰਜ ਹੈ, ਉਹ ਉੱਥੇ ਹਰਿਆਣਾ ਪੁਲਿਸ ਦੇ ਪਹਿਰੇ 'ਚ ਹੈ, ਪੀ ਜੀ ਆਈ, ਜਿੱਦੇ ਠੀਕ ਹੋਊਗਾ ਉਹ ਚੱਕ ਕੇ ਜੇਲ੍ਹ 'ਚ ਭੇਜ ਦੇਣਗੇ। 13 ਮਹੀਨੇ ਬਹਿ ਕੇ 700 ਬੰਦਾ ਮਰਵਾਇਆ, ਟਰਾਲੀਆਂ ਭਰੀਆਂ, ਕਣਕ ਕਿੱਥੇ ਵੇਚਣਗੇ ਡਗਰੂ, ਕਿਹਦੇ ਗ੍ਰਾਮਾਂ 'ਚ ਅਬਾਨੀਆਂ ਉਡਾਉਣਗੇ, ਜਿਹਦੇ ਖਿਲਾਫ ਲੜਾਈ ਲੜ ਕੇ ਆਏ ਉਹਨਾਂ ਦੇ ਕੋਲ ਕਣਕ ਵਿੱਚ ਚਲੇ ਗਏ ਯਾਰ। ਇੱਥੋਂ ਹੁਣ ਜਾਣਗੇ ਮਹੀਨਾ ਵੋਟਾਂ 'ਚ ਰਹਿ ਗਿਆ 20 ਦਿਨ, ਕੋਈ ਬੀਜੇਪੀ ਜਿੰਦਾਬਾਦ, ਕੋਈ ਬੌਕਰ ਜਿੰਦਾਬਾਦ, ਕੋਈ ਕਾਂਗਰਸ, ਕੋਈ ਬਾਦਲ ਜਿੰਦਾਬਾਦ, ਫਿਰ ਗੰਧੇੜੀ ਚੜ੍ਹਨਗੇ, ਫਿਰ ਛੱਤਰਾਂ ਦੇ ਲਾਇਕ ਨੇ ਇਹ ਲੋਕ। ਸ਼ੁਭ ਕਰਨ ਦਾ ਅੰਤਿਮ ਅਰਦਾਸ ਸਮਾਗਮ ਸੀ ਅਤੇ ਅੰਤਿਮ ਅਰਦਾਸ ਦੇ ਉੱਤੇ ਲੱਖਾ ਸਿੰਘ ਸਧਾਣਾ ਸਾਡੇ ਨਾਲ ਆ, ਜੁੜ ਚੁੱਕੇ ਆ। ਗੁਰਫਤਿਹ ਸਾਂਝ ਕਰਦੇ ਹਾਂ ਜੀ ਭਾਈ, ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਕਿਵੇਂ ਵੇਖਦੇ ਹੋ ਇੱਕ ਨੌਜਵਾਨ ਦਾ ਅੱਜ ਅੰਤਿਮ ਅਰਦਾਸ 'ਤੇ ਪਹੁੰਚੇ ਹੋ, ਸੰਘਰਸ਼ ਦੀ ਕਿਹੋ ਜਿਹੀ ਰੂਪ ਰੇਖਾ ਆਉਣ ਵਾਲੀ? ਉਹ ਮੇਰੀ ਹਰ ਚੈਨਲ 'ਤੇ ਹਰ ਬੰਦੇ ਨੂੰ, ਹਰ ਪੰਜਾਬੀ ਨੂੰ ਅਪੀਲ ਆ, ਸਾਡੀ ਸੱਚੀ ਸ਼ਰਧਾਂਜਲੀ ਉਸ ਨੌਜਵਾਨ ਨੂੰ ਇਹੀ ਹੈ ਕਿ ਆਪਣੀ ਧਰਤੀ ਨਾ ਵੇਚ ਗਏ, ਕਿਸੇ ਵੀ ਕੀਮਤ 'ਤੇ ਨਾ ਵੇਚ ਗਏ। ਧਰਤੀ ਨੂੰ ਮਾਂ ਮੰਨਦੇ ਸਾਡੇ ਬਜ਼ੁਰਗ ਵੱਡ ਵਡੇਰੇ, ਸਾਡੇ ਗੁਰੂਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਿਹਾ, ਅਤੇ ਅਸੀਂ ਚੰਦ ਛਿੱਲਣਾ ਪਿੱਛੇ ਜੇ ਜ਼ਮੀਨਾਂ ਵੇਚ ਕੇ ਜਾਣਾ, ਪਰ ਕਿਉਂ ਸ਼ਿਵ ਘਰ ਨਰਕਿਆਂ ਨੂੰ ਮਰਵਾਇਆ, ਕਿਉਂ ਖੂਨ ਡੋਲਿਆ, ਕਿਉਂ ਬਾਰਡਰਾਂ 'ਤੇ ਬੈਠੇ ਹਾਂ? ਉਹ ਇਹੀ ਤਾਂ ਥੋੜ੍ਹੀ ਜ਼ਮੀਨ ਲੈਣਾ ਚਾਹੁੰਦੇ, ਫਿਰ ਜੋ 'ਤੇ ਜਾਓ। ਅਸੀਂ ਕਿਉਂ ਲੜਦੇ ਰਹੇ? ਬਹੁਤ ਵੱਡਾ ਸਵਾਲ ਹੈ। ਇੰਨੇ ਧਾੜਮੀਆਂ ਦੇ ਹਮਲੇ ਝੱਲ ਗਏ, ਇੰਨੇ ਘੱਲੂ ਘਰੇ ਝੱਲ ਗਏ, ਇੰਨੇ ਕਤਲੇਆਮ ਹੋ ਗਏ ਤਾਂ ਵੀ ਝੱਲ ਗਏ, ਨਾ ਖੂਨ ਡੁੱਲ ਗਿਆ ਤਾਂ ਵੀ ਦੁਬਾਰੇ ਹਰੇ ਹੋ ਗਏ, ਖੜ੍ਹੇ ਹੋ ਗਏ, ਕਿਉਂ? ਕਿਉਂਕਿ ਅਸੀਂ ਇਹ ਧਰਤੀ ਦੇ ਉੱਤੇ, ਸਾਡਾ ਦਾਅਵਾ ਰਿਹਾ, ਸਾਡਾ ਦਾਅਵਾ ਵੀ ਰਿਹਾ, ਸਾਡਾ ਵਾਅਦਾ ਵੀ ਰਿਹਾ ਇਹ ਧਰਤੀ ਦੇ ਨਾਲ ਕਿ ਤੂੰ ਤੁਹਾਡੀ ਮਾਂ ਤੇਰੀ ਖਾਤਰ ਲੜਾਂਗੀ ਮਰਾਂਗੀ। ਅੱਜ ਯਾਰ ਕੋਈ ਕਨੇਡਾ ਨੂੰ ਚੜ੍ਹ ਜਾਂਦਾ, ਕੋਈ ਅਮਰੀਕਾ ਨੂੰ ਚੜ੍ਹ ਜਾਂਦਾ, ਇੱਥੇ ਵੇਚ ਵੇਚ ਜ਼ਮੀਨਾਂ, ਕਲੋਨੀਆਂ ਵਾਲੇ ਆਉਂਦੇ ਆ, ਵੱਡੀਆਂ ਕੰਪਨੀਆਂ, 50 ਲੱਖ ਕਿੱਲੇ ਦਾ ਕਹਿੰਦੇ ਅਸੀਂ ਉਹਦੀ ਤਿਆਰ ਹੋ ਜਾਂਦੇ ਹਾਂ, ਸੜਕਾਂ ਨਿਕਲਦੀਆਂ 50 ਲੱਖ ਕਿੱਲੇ ਦਾ ਕਹਿੰਦੇ ਅਸੀਂ ਤਿਆਰ ਹੋ ਜਾਂਦੇ ਹਾਂ। ਮੈਂ ਇੱਕ ਗੱਲ ਤੁਹਾਨੂੰ, 5 ਤੋਂ 7 ਸਾਲ ਖੜ੍ਹ ਜਾਓ, ਜੇ ਗਿੱਠ ਥਾਂ ਵੀ ਕਿਸੇ ਵੀ ਕੀਮਤ ਦੇ ਉੱਤੇ ਭਾਲੀ ਥਿਆ ਗਈ ਪੰਜਾਬ ਦੀ ਧਰਤੀ 'ਤੇ, ਮੈਨੂੰ ਕਿਹੋ ਨਹੀਂ ਕਿਹਾ ਹੋਊਗਾ। ਸੋ ਇਹ ਸੱਚੀ ਸ਼ਰਧਾਂਜਲੀ ਇਹ ਆ ਬਈ, ਜ਼ਮੀਨਾਂ ਕਿਸੇ ਵੀ ਕੀਮਤ ਦੇ ਉੱਤੇ, ਰੋਟੀ ਦੀ ਥਾਂ 'ਤੇ ਅੱਧੀ ਖਾ ਲਓ, ਰੁੱਖੀ ਮਿੱਸੀ ਖਾ ਲਓ, ਪਾਣੀ ਪੀ ਕੇ ਗੁਜ਼ਾਰਾ ਕਰ ਲਓ, ਜ਼ਮੀਨ ਨਾ ਵੇਚੋ। ਜੇ ਤੁਹਾਡੇ ਕੋਲ ਜ਼ਮੀਨ ਹੈ ਤਾਂ ਤੁਹਾਡੀ ਹੋਂਦ ਹੈ, ਹੋਂਦ ਵੀ ਇਸੇ ਕਰਕੇ ਜਾਂਦੀ ਆ, ਤੁਹਾਡੀ ਪਛਾਣ ਵੀ ਦੁਨੀਆ ਤੁਹਾਡੀ ਧਰਤੀ ਕਰਕੇ ਆ। ਜੇ ਇਹ ਜੜ੍ਹ ਪੱਟੀ ਗਈ, ਜੜ੍ਹ ਤੋਂ ਟੁੱਟ ਕੇ ਤਾਂ ਦਰਖਤ ਨਹੀਂ ਹਰੇ ਰਹਿੰਦੇ, ਅਤੇ ਨਾ ਇੱਥੇ ਬੰਦਿਆਂ ਨੇ ਹਰੇ ਰਹਿਣਾ, ਸਾਰਿਆਂ ਨੇ ਮਰ ਜਾਣਾ, ਜ਼ਮੀਨਾਂ ਨਾ ਵੇਚੋ। ਨੌਰੀ ਅਤੇ ਸ਼ੰਭੂ 'ਚ ਜੋ ਕੁਛ ਹੋਇਆ 13-21 ਨੂੰ, ਉਹਦੇ ਵਾਸਤੇ ਲੱਖਾ ਕਿਵੇਂ ਵੇਖਦਾ ਉਹਨੂੰ, ਨੌਜਵਾਨੀ ਦੇ ਅਗਲੇ ਪਾਸੇ ਵਧਣਾ, ਉਹਨਾਂ ਦਾ ਫਟੜ ਹੋ ਕੇ ਵਾਪਸ ਆਉਣਾ? ਉਹਨਾਂ ਦੀ ਤਿਆਰੀ ਅਤੇ ਸਾਡੀ ਤਿਆਰੀ ਫਰਕ ਸੀ। ਜੋ ਅਸੀਂ ਅਨੁਮਾਨ ਲਾਇਆ ਕਿ 2020 ਦੇ ਅੰਦੋਲਨ ਦੇ ਮੁਤਾਬਕ ਉਦੋਂ ਹਜ਼ਾਰਾਂ ਗੁਣਾ ਤਿਆਰੀ ਨਾਲ ਸੀ, ਸਾਡੀ ਰਣਨੀਤੀ ਉਵੇਂ ਨਹੀਂ ਸੀ। ਫਿਰ ਵੀ ਸਾਡੇ ਆਗੂਆਂ ਦੀ ਮੈਂ ਸਿਆਣਪ ਕਹੂੰਗਾ, ਕਹਿੰਦੇ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਫੈਸਲੇ ਲਏ,
नहीं तो साडा बहुत बड़ा नुकसान होना सी। एक पासे साल्टां SLR-ां रबड़ दियां गोलियां 12 बोर दे फैर 32 बोर दे फैर थ्रू गैंड दे गोले आ रहे आ डांगा आ रहियां ने एक पासे असीं खाली हत्थ आ। सो पर उहदे लई नौजवानी नूं अपील करदा कि जाबते च रह के काम लिओ आगूआं दे मुताबक चलिओ मोर्चा हर हाल जित्तांगे। ਸ਼ੰਭੂ ਉੱਤੇ ਖਨੌਰੀ ਦੀ ਗੱਲ ਹੋ ਰਹੀ ਹੈ, ਅੱਜ ਕੱਲ੍ਹ ਅੰਮ੍ਰਿਤਸਰ 'ਚ ਇੱਕ ਮੋਰਚਾ ਲੱਗਾ ਹੈਗਾ ਜਿਹਦੇ ਮੋਰਚੇ ਤੁਸੀਂ ਵੀ ਗਏ ਸੀ, ਉਹਨੂੰ ਕਿਵੇਂ ਵੇਖਦੇ ਹੋ ਤੁਸੀਂ? ਉੱਥੇ ਨੌਜਵਾਨੀ ਦਾ ਪਹੁੰਚਣਾ ਇਸ ਟਾਈਮ 'ਤੇ, ਜਿਹੜੀ ਆਵਾਜ਼ ਸੀ ਸਾਲ ਕੁ ਪਹਿਲਾਂ ਇੱਕ ਵਾਰੀ ਦਬਾਈ ਗਈ ਸੀ, ਅੱਜ ਫਿਰ ਬੁਲੰਦ ਹੋ ਰਿਹਾ ਭਾਈ ਅੰਮ੍ਰਿਤਪਾਲ? ਭੋਗਾਂ ਦੇ ਇਕੱਠ ਕਰਨ ਵਾਲੇ ਆ, ਬਰਸ਼ੀਆਂ ਮਨਾਉਣ ਵਾਲੇ ਆ। ਜਿੱਦੇ ਅੰਦਰ ਕੋਈ ਸਾਡਾ ਉੱਥੇ ਨੌਜਵਾਨ ਡਿਬਰੂਗੜ੍ਹ ਬੈਠਾ, ਕੋਈ ਚੜ੍ਹਾਈ ਕਰ ਗਿਆ, ਉਹਦੇ ਚੱਕ ਕੇ ਸਾਰੇ ਫਿਰ ਅਸੀਂ ਭੋਗ 'ਤੇ ਪਹੁੰਚਾਂਗੇ। ਪਹਿਲਾਂ ਜਾਂਦੇ ਜੀ ਅਸੀਂ ਕਿਸੇ ਦੀ ਬਾਤ ਨਹੀਂ ਪੁੱਛਣੀ, ਇਹੀ ਤਾਂ ਦੁਖਾਂਤ ਆ। ਚੀਸ ਨਿਕਲੀ ਬਾਈ ਮਨ 'ਚੋਂ ਜਿੱਦੇ ਅੰਮ੍ਰਿਤਪਾਲ ਦੀ ਮਾਤਾ ਨੇ ਮੈਂ ਅੰਮ੍ਰਿਤਸਰ ਗਿਆ, ਕਹਿੰਦੀ ਪੁੱਤ ਨਾਲ ਖੜੋ। ਮੈਂ ਹਜੇ ਇੱਕ ਮਾਂ ਨੂੰ ਪਕਾਰ ਕਰਨੀ ਪੈ ਜੇ ਉਸ ਯੋਧੇ ਦੀ ਖਾਤਰ ਜਿਹੜਾ ਤੁਹਾਡੀ ਖਾਤਰ ਤੁਹਾਡੀਆਂ ਨਸਲਾਂ ਬਚਾਉਣ ਖਾਤਰ ਆਇਆ ਇੱਥੇ ਆ। ਸੋ ਨਸ਼ੇ ਛੁਡਾਏ, ਸਿੱਖੀ ਨਾਲ ਜੋੜਿਆ, ਇਤਿਹਾਸ ਨਾਲ ਜੋੜਿਆ, ਦਸਤਾਰਾਂ 'ਤੇ ਦਮਾਲਿਆਂ 'ਤੇ ਨੌਜਵਾਨੀ ਆ ਗਈ ਸੀਗੀ, ਗਾਤਰੇ ਪੈ ਗਏ ਸੀ ਨੌਜਵਾਨੀ ਦੇ, ਉਹ ਨੌਜਵਾਨ ਖਾਤਰ ਅੱਜ ਕਿੱਥੇ ਗਏ ਯਾਰ? ਉਹ ਨੌਜਵਾਨ ਇਕੱਠੇ ਕਿਉਂ ਨਹੀਂ ਹੋ ਰਹੇ ਬਾਈ? ਕਿੰਨਾ ਇਕੱਠ ਹੁੰਦਾ ਅੰਮ੍ਰਿਤਸਰ, ਕਿੰਨੇ ਕੁ ਬੰਦੇ ਆ? ਅਤੇ ਸਰਕਾਰ ਨੇ ਸਪਸ਼ਟ ਜਵਾਬ ਦਿੱਤਾ, ਅੱਜ ਮੈਂ ਅਖਬਾਰ 'ਚ ਪੜ੍ਹ ਰਿਹਾ ਸੀ ਕਿ ਜੇ ਉਹਨਾਂ ਨੂੰ ਡਬਰੂਗੜ੍ਹ ਦੇ ਬੰਦੀਆਂ ਨੂੰ ਇੱਥੇ ਲਿਆਂਦਾ ਗਿਆ ਕਿਸੇ ਪੰਜਾਬ ਦੀ ਜੇਲ੍ਹ 'ਚ, ਲੋਕ ਜੇਲ੍ਹ ਮੂਹਰੇ ਗੁਰਦੁਆਰਾ ਖੋਲ੍ਹ ਲੈਣਗੇ। ਇਹ ਮਾਨਸਿਕਤਾ ਇੱਥੋਂ ਦੇ ਮੁੱਖ ਮੰਤਰੀ ਦੀ, ਜਿਹੜਾ ਕਹਿੰਦਾ ਮੈਂ ਕਿਸਾਨਾਂ ਨਾਲ 8 ਦਿਨਾਂ ਬਾਅਦ ਐਫ ਆਈ ਆਰ ਦਰਜ ਹੋਈ ਆ ਸ਼ਿਵਕਰਨ ਦੀ, ਉਹ ਵੀ ਅਣਪਛਾਤਿਆਂ 'ਤੇ। ਬਹਿਬਲ ਗੋਲੀ ਚੱਲੀ ਸੀਗੀ, ਇਹੀ ਭਗਵੰਤ ਸਿੰਘ ਕਹਿੰਦਾ ਹੁੰਦਾ ਸੀਗਾ ਕਿ ਅਣਪਛਾਤੀ ਪੁਲਿਸ ਕਿਵੇਂ ਹੋ ਗਈ, ਇਹ ਤਾਂ ਪਰਚਾ ਪੰਜਾਬ ਦੇ ਗ੍ਰਹਿ ਮੰਤਰੀ ਸੁਖਬੀਰ 'ਤੇ ਹੋਣਾ ਚਾਹੀਦਾ। ਅੱਜ ਅਣਪਛਾਤੀ ਪੁਲਿਸ ਕਿਵੇਂ? ਬੰਦੇ ਕੁਛ ਵੀ ਨਹੀਂ, ਨਾ ਪੁਲਿਸ ਨਾ ਬੰਦੇ, ਅਣਪਛਾਤਿਆਂ 'ਤੇ 0 FIR ਹੈ। ਜੋ ਪਰਚਾ ਹਰਿਆਣੇ ਦੇ ਗ੍ਰਹਿ ਮੰਤਰੀ 'ਤੇ ਬਣਦਾ, ਉੱਥੋਂ ਦੇ DGP 'ਤੇ ਬਣਦਾ, ਉੱਥੋਂ ਦੇ ਮੌਜੂਦਾ ਜਿਹੜੇ ਚਲਾਉਣ ਵਾਲੇ ਗੋਲੀਆਂ ਉਹਨਾਂ 'ਤੇ ਬਣਦਾ, ਉਹ ਅਣਪਛਾਤਿਆਂ ਦੀ ਕਰਤਾ। ਉਹ ਵੀ 8 ਦਿਨ ਲੋਕਾਂ ਨੇ ਸੜਕਾਂ 'ਤੇ ਬਹਿ ਕੇ ਪਰਚਾ ਦਰਜ ਕਰਾਇਆ, ਜਿਹੜੀਆਂ ਲੱਤਾਂ ਭੰਨਤੀਆਂ, ਅੱਖਾਂ ਕੱਢਤੀਆਂ, ਬਾਹਾਂ ਤੋੜਤੀਆਂ, ਚੱਕ ਕੇ ਲੈ ਗਏ, ਉਹਨਾਂ 'ਤੇ ਕੋਈ ਹਲੇ ਮੁਕੱਦਮਾ ਨਹੀਂ ਦਰਜ ਹੋਇਆ। ਮਸ਼ੀਨਰੀ ਭੰਨ ਗਏ, ਉਹ ਕੋਈ ਮੁਕੱਦਮਾ ਨਹੀਂ ਦਰਜ ਹੋਇਆ। ਉਲਟਾ ਜਿਹੜੇ ਸਾਡੇ ਨੌਜਵਾਨਾਂ ਨੂੰ ਚੱਕ ਕੇ ਲਗਾਏ ਆ, ਉਹਨਾਂ ਦੇ 307 ਦੇ ਪਰਚੇ ਹੈ, ਪ੍ਰਤਪਾਲ ਦੇ 307 ਦਾ ਪਰਚਾ ਦਰਜ ਹੈ, ਉਹ ਉੱਥੇ ਹਰਿਆਣਾ ਪੁਲਿਸ ਦੇ ਪਹਿਰੇ 'ਚ ਹੈ PGI, ਜਿੱਦੇ ਠੀਕ ਹੋਊਗਾ ਚੱਕ ਕੇ ਜੇਲ੍ਹ 'ਚ ਭੇਜ ਦੇਣਗੇ। ਆਹ ਹਾਲਾਤ ਨੇ ਅਤੇ ਮੈਂ ਤਾਂ ਵਾਰ ਵਾਰ ਕਹਿਣਾ ਸਾਡੇ, ਮੈਂ ਉਹ ਗੱਲ ਤਾਂ ਨਹੀਂ ਕਹੂੰਗਾ ਸਿਰੇ ਵਾਲੀ, ਪਰ ਸਾਡੇ ਲੋਕਾਂ ਦਾ ਨਿਖਿੱਧ ਪੁਣਾ ਸਾਬਤ ਹੁੰਦਾ। 13 ਮਹੀਨੇ ਬਹਿ ਕੇ 700 ਬੰਦਾ ਮਰਵਾਇਆ, ਟਰਾਲੀਆਂ ਭਰੀਆਂ, ਕਣਕ ਕਿੱਥੇ ਵੇਚਣਗੇ? ਡਗਰੂ ਕਿਹਦੇ ਗ੍ਰਾਮਾਂ 'ਚ? ਅਬਾਨੀਆਂ ਅਡਾਨੀਆਂ ਦੇ, ਜਿਹਦੇ ਖਿਲਾਫ਼ ਲੜਾਈ ਲੜ ਕੇ ਉਹਨਾਂ ਦੇ ਕੋਲ ਕਣਕ ਵੇਚਣ ਚਲੇ ਗਏ ਯਾਰ। ਇੱਥੋਂ ਹੁਣ ਜਾਣਗੇ, ਆ ਮਹੀਨਾ ਵੋਟਾਂ 'ਚ ਰਹਿ ਗਿਆ 20 ਦਿਨ, ਕੋਈ BJP ਜਿੰਦਾਬਾਦ, ਕੋਈ ਬੌਕਰ ਜਿੰਦਾਬਾਦ, ਕੋਈ ਕਾਂਗਰਸ, ਕੋਈ ਬਾਦਲ ਜਿੰਦਾਬਾਦ, ਫਿਰ ਗੰਧੇੜੀ ਚੜ੍ਹਨਗੇ, ਫਿਰ ਛੱਤਰਾਂ ਦੇ ਲਾਇਕ ਨੇ ਇਹ ਲੋਕ। ਮਿਸਲਾਂ ਨੂੰ ਯਾਦ ਕੀਤਾ ਗਿਆ ਅੱਜ, ਪਰ ਅੱਜ ਜਿਹੜੀਆਂ ਇੱਥੇ ਮਿਸਲਾਂ ਇਕੱਠੀਆਂ ਹੋਈਆਂ, ਮੈਂ ਗੁਰਾਮ ਸਿੰਘ ਚੁੱਡੂ ਨੂੰ ਹੁਣੇ ਮਿਲ ਕੇ ਆਇਆ, ਗੱਲਬਾਤ ਹੋਈ, ਮੈਂ ਕਿਹਾ ਇਕੱਠੇ ਕਿਉਂ ਨਹੀਂ ਹੁੰਦੇ ਤੁਸੀਂ? ਕਹਿੰਦੇ ਆਏ ਸੀ ਸਟੇਜ 'ਤੇ, ਕਿਸੇ ਨੇ ਗੱਲਬਾਤ ਵੀ ਨਹੀਂ ਕੀਤੀ। ਕੀ ਲੱਗਦਾ ਆਪਸੀ ਵਖਰੇਵੇਂ ਕਿਉਂ ਬਣੇ? ਇੱਥੇ ਕਿਹੜੀ ਕੁਰਸੀਆਂ ਦੀ ਭੁੱਖ ਸੀ? ਸਾਡੀ ਈਗੋ, ਸਾਡਾ ਹੰਕਾਰ ਐਡਾ ਵੱਡਾ, ਸਾਡੀ ਹੋਮੇ ਐਡੀ ਵੱਡੀ ਹੋ ਗਈ ਕਿ ਸਾਨੂੰ ਪੰਜਾਬ ਪਿੱਛੇ ਰਹਿ ਗਿਆ ਅਤੇ ਸਾਡੇ ਹਕਤਾਉਣ 'ਚ ਕਿੱਲੇ ਅੱਗੇ ਰਹਿ ਗਏ ਸਾਡੇ। ਜਦੋਂ ਜਦੋਂ ਅਸੀਂ ਇਕੱਠੇ ਹੋਏ ਹਾਂ, ਸਾਡੇ ਸਿਰ ਜੁੜੇ, ਅਸੀਂ ਅਬਦਾਲੀਆਂ ਦੀਆਂ ਵੀ ਗੋਡੀਆਂ ਲਵਾਈਆਂ, ਜਦੋਂ ਪਾਟਿਆਂ ਛਿੱਤਰ ਖਾਧੇ ਆ, ਖਾ ਰਹੇ ਹਾਂ। ਕਹਿੰਦੇ ਜ਼ਬਰ ਅਤੇ ਜ਼ੁਲਮ ਦੇ ਖਿਲਾਫ਼ ਸਿੱਖ ਉੱਠਦਾ, ਉਹ ਭਾਵੇਂ ਹਰਿਆਣੇ ਜਾਂ ਅੱਗੇ ਦਿੱਲੀ ਦੀ ਗੱਲ ਕਰੀਏ, ਪੰਜਾਬ ਦਾ ਸਿੱਖ ਤਾਂ ਉੱਠਿਆ, ਕੀ ਘੱਟ ਜ਼ਬਰ ਹੋਇਆ ਜੀ? ਹੋਰ ਵੀ ਵੇਟ ਕੀਤੀ ਜਾ, ਹਲੇ ਦੇਖੋਗੇ ਨਾ। ਮਿਸਲਾਂ ਵੀ ਇਹੀ ਕੁਛ ਹੁੰਦਾ ਸੀ ਨਾ, ਮਿਸਲਾਂ ਦੇ ਵਿੱਚ ਵੀ ਰੋਜ਼ ਲੜਾਈਆਂ, ਝਗੜੇ, ਕਤਲ, ਪਰ ਜਿੱਦੇ ਇੱਕ ਬੱਬਰ ਸ਼ੇਰ ਆਇਆ, ਉਹਨੇ ਸਾਰੇ ਇਕੱਠੇ ਕਰ ਲਏ ਨਾ, ਤਾਂ ਰਾਜ ਭਾਗ ਲਿਆਂਦਾ ਸੀ। ਸੋ ਜਿੰਨਾ ਚਿਰ ਸਾਡੇ ਲੋਕ ਹਲੇ, ਇਹਨਾਂ ਨੇ ਇਹਨੂੰ ਲੱਗਦਾ ਵੀ ਹਲੇ ਪਤਾ ਨਹੀਂ ਅਸੀਂ ਬਚੇ ਰਹਿ ਜਾਂਗੇ, ਇਹ ਪਤਾ ਨਹੀਂ ਕਿਹੜੇ ਭੁਲੇਖੇ 'ਚ ਫਿਰਦੇ ਆ। 6 ਤਰੀਕ ਦੀ ਕਾਲ ਦਿੱਤੀ ਗਈ ਹੈ ਦਿੱਲੀ 'ਚ ਇਕੱਠੇ ਹੋਣ ਦੀ, ਇੱਕ 10 ਤਰੀਕ ਨੂੰ ਟ੍ਰੇਨਾਂ ਰੋਕਣ ਦੀ ਕਾਲ ਆ, ਉਹਨੂੰ ਕੀ ਵੇਖਦੇ ਆ? 6 ਨੂੰ ਕਹਿੰਦੇ ਆਜੋ ਇਕੱਠੇ ਹੋਈਏ, ਜਿਹੜੇ ਬੱਸਾਂ ਅਤੇ ਕਾਰਾਂ 'ਤੇ ਆ ਸਕਦੇ ਤਾਂ ਉੱਥੇ ਆ ਜਾਣ ਟ੍ਰੇਨਾਂ 'ਤੇ। ਬਾਈ ਜੇ 5-5 10-10 ਬੰਦੇ ਵੀ ਨਿਕਲ ਗਏ ਨਾ ਪਿੰਡਾਂ 'ਚੋਂ, ਤਾਂ ਵੀ ਦਿੱਲੀ ਗੋਡਿਆਂ ਭਾਰ ਆ, ਪਰ ਨਿਕਲ ਨਹੀਂ ਦੌੜ ਆ। ਪਿੰਡਾਂ ਜਾਈਦਾ, ਪੁੱਛੀ ਦਾ ਅੰਦੋਲਨ 'ਚ ਗਏ ਹੋ? ਗਏ ਨਹੀਂ ਜੀ। ਕੀ ਕਰਦੇ ਹੋ? ਤਾਂ ਕੁੱਟ ਰਹੇ ਹਾਂ। ਕੀ ਕਰਦੇ ਹਾਂ? ਘਰੇ ਵਿਹਲੇ ਬੈਠੇ ਹਾਂ। ਰੁੱਤ ਵੀ ਵਿਹਲੀ ਹੈ, ਕੰਮ ਵਾਲੀ ਰੁੱਤ ਵੀ ਨਹੀਂ, ਹਾੜੀ ਤਾਂ ਹਲੇ ਮਹੀਨਾ ਸਵਾ ਮਹੀਨਾ ਡੂਢ ਮਹੀਨਾ ਪਿਆ, ਪਰ ਪਤਾ ਨਹੀਂ ਸਾਡੇ ਲੋਕਾਂ ਨੂੰ ਕੀ ਹੋਇਆ ਪਿਆ ਯਾਰ। ਵੀ ਐਂ ਲੱਗਦਾ ਵੀ ਲੜਾਈ ਇਕੱਲੇ ਆਗੂਆਂ ਦੀ ਆ, ਜਿਹੜੇ ਉੱਥੇ ਬੈਠੇ ਉਹਨਾਂ ਦੀ ਲੜਾਈ ਆ। ਅੰਮ੍ਰਿਤਪਾਲ ਦੀ ਮੈਂ ਲਾਸਟ ਇੱਕ ਸਵਾਲ ਆ, ਅੰਮ੍ਰਿਤਪਾਲ ਦੀ ਮਾਤਾ ਨੇ ਕੱਲ੍ਹ ਇੱਕ ਬਿਆਨ ਹੋਰ ਦਿੱਤਾ ਹੋਇਆ, ਤੁਸੀਂ ਸੁਣਿਆ ਹੋਊਗਾ, ਉਹ ਕਹਿੰਦੇ ਕਿ ਜੇ ਅੰਮ੍ਰਿਤਪਾਲ ਨੂੰ ਤੁਸੀਂ ਉੱਥੇ ਰੱਖਣਾ ਰੱਖ ਲਓ, ਬਾਕੀਆਂ ਨੂੰ ਤਾਂ ਜੇਲ੍ਹ ਤੋਂ ਵਾਪਸ ਭੇਜ ਦਿਓ, ਕਿਉਂਕਿ ਬਾਕੀ ਕੋਈ ਡਿਬਰੂਗੜ੍ਹ ਜੇਲ੍ਹ 'ਚ ਰੱਖੇ। ਬਿਲਕੁਲ, ਮੈਂ ਤਾਂ ਕਹਿੰਦਾ ਸਾਰੇ ਆਉਣੇ ਚਾਹੀਦੇ ਨੇ ਸਰ। NSA ਟੁੱਟਣੀ ਚਾਹੀਦੀ ਹੈ, NSA ਕੋਈ ਤੁੱਕ ਨਹੀਂ ਬਣਦੀ, NSA ਮੁੱਖ ਮੰਤਰੀ ਨੇ ਲਾਈ ਆ। ਪਰ ਮੈਂ ਬਾਈ, ਇਹ ਤੁਹਾਡੀ ਨਬਜ਼ ਫੜੀ ਬੈਠੇ ਆ, ਅਸਲ ਪੰਜਾਬੀਆਂ ਦੀ ਨਬਜ਼ ਫੜਦੀ। ਪੁਰਾਣੇ ਸਮਿਆਂ ਦੇ ਵਿੱਚ ਸਾਡੇ ਕੋਈ ਬਜ਼ੁਰਗਾਂ ਨੂੰ ਗਾਲ ਕੱਢ ਦਿੰਦਾ ਨਾ, ਸਾਰੀ ਉਮਰ ਸਾਡੇ ਬਜ਼ੁਰਗ ਦੇ ਮੱਥੇ ਨਹੀਂ ਲਾਉਂਦੇ ਸੀ, ਲੱਗਦੇ ਸੀ
ਅੱਜ ਕੱਲ੍ਹ ਇਹਨਾਂ ਦੇ ਛਿੱਤਰ ਮਾਰ ਲਓ, ਇਹਨਾਂ ਦੇ ਬਲਾਤਕਾਰ ਕਰ ਲਓ। ਸਾਡੇ ਬਲਾਤਕਾਰ ਹੋਏ ਨੇ 80 ਤੋਂ ਲੈ ਕੇ 95 ਤੱਕ, ਕੀ ਹੋਇਆ ਸਾਡੇ ਨਾਲ ਘਾਣ ਹੋਇਆ, ਅਤੇ ਉਦੋਂ ਦੋ ਵਾਰੀ ਦਾ ਸਰਕਾਰ ਬਣਾਤੀ ਕਾਂਗਰਸ ਦੀ। ਅਸੀਂ ਜੋ ਬਾਦਲਾਂ ਨੇ ਘਾਣ ਕੀਤਾ ਸਾਡੇ ਨਾਲ, ਫਿਰ ਬਾਦਲਾਂ ਨਾਲ ਜਿੰਦਾਬਾਦ ਹੈ। ਆਹ 2 ਸਾਲ 'ਚ ਜੋ ਐਸ ਨੇ ਕਰਤਾ ਇਨਕਲਾਬੀ ਨੇ, ਅੱਜ ਇਹਨੂੰ ਜਿੰਦਾਬਾਦ ਕਰਨਗੇ। ਜੋ BJP ਨੇ ਕੀਤਾ, ਅਜੇ ਮਿਸ਼ਰਾ ਟੈਣੀ ਨੂੰ ਟਿਕਟ ਦਿੱਤੀ ਆ, ਜੋ ਸਾਡਾ ਕਾਤਲਾ 4-5 ਸਾਡੇ ਕਿਸਾਨ ਨੂੰ ਰੜ ਕੇ ਮਾਰਿਆ ਗੱਡੀ ਥੱਲੇ, ਉਹਨੂੰ ਟਿਕਟ ਦੇ ਦਿੱਤੀ, ਇਹ ਉਹਦੇ ਨਾਲ ਵੀ ਹੋਣਗੇ। ਉਹ ਤੁਹਾਡੀ ਨਬਜ਼ ਸਮਝ ਗਏ ਆ ਵੀ ਇਹਨਾਂ 'ਚੋਂ ਜਿਹੜੀਆਂ ਅਣਖਾਂ ਦਲੇਰੀਆਂ ਗੈਰਤਾਂ ਦੀਆਂ ਗੱਲਾਂ ਗੁੱਲਾਂ ਕਰਦੇ ਸੀਗੇ, ਇਹ ਬਸ ਮਾੜੀ ਮੋਟੀ ਕੋਈ ਲਾਲਚ ਦਿਓ, ਮਾੜੀ ਮੋਟੀ ਕੋਈ ਮਗਰ ਪੂਛ ਲਾ ਦਿਓ, ਤੈਨੂੰ ਪ੍ਰਧਾਨ ਬਣਾ ਤਾ, ਤੈਨੂੰ ਸਰਪੰਚ ਬਣਾ ਦਾਂਗੇ, ਤੈਨੂੰ ਸੈਕਟਰੀ ਬਣਾ ਦਾਂਗੇ, ਜ਼ਿਲ੍ਹੇ ਦਾ ਪ੍ਰਧਾਨ ਬਣਾ ਦਾਂਗੇ, ਉਹਨੇ ਕਹਿੰਦਾ ਲੋਕ ਖੁਸ਼ ਹੈ, ਲੀਡਰ ਘਰ ਆ ਜੇ ਅਸੀਂ ਖੁਸ਼ ਹੈ, ਹੱਥ ਮਿਲਾ ਲਏ ਅਸੀਂ ਖੁਸ਼ ਹੈ, ਫੋਟੋ ਲਾ ਲਏ ਅਸੀਂ ਖੁਸ਼ ਹੈ, ਇੰਨੇ ਨਾਲ ਖੁਸ਼ ਉਹਨਾਂ ਵਾਲਿਆਂ ਯਾਰ। ਸਰਕਾਰ ਸੋਸ਼ਲ ਮੀਡੀਆ ਨੂੰ ਆਧਾਰ ਬਣਾ ਕੇ ਸਰਕਾਰ ਬਣੀ, ਅੱਜ ਉਹ ਲੱਖੇ ਦੇ ਪੇਜ ਹੋਣ, ਚੈਨਲਾਂ ਦੇ ਪੇਜ ਹੋਣ, ਸਾਰੇ ਉੱਡਦੇ ਜਾਂਦੇ ਕਾਰਨ। ਆਹ ਦੇਖੋ ਆਹ ਮੋਰਚੇ ਸਾਰੇ ਜਿੰਨੇ ਮੇਰੇ ਪੇਜ ਪੂਜ ਸਭ ਉਡਾ ਤੇ, ਸਾਰੇ ਕਿਸਾਨ ਆਗੂਆਂ ਦੇ ਉੱਡ ਗਏ, ਤੁਹਾਡੇ ਵਰਗੇ ਚੈਨਲਾਂ ਦੀਆਂ ਰੀਚਾਂ ਖਤਮ ਕਰਤੀਆਂ, ਮਾਰਤੇ। ਜਾਣੀ ਇੱਕ ਪਾਸੇ ਕਹਿੰਦੇ ਡੈਮੋਕਰੇਸੀ ਹੈ, ਲੋਕਤੰਤਰ ਆ, ਹਰ ਬੰਦੇ ਨੂੰ ਆਪਣੀ ਆਵਾਜ਼ ਇੱਥੇ ਰੱਖਣ ਦਾ ਹੱਕ ਹੈ, ਕਿੱਥੇ ਹੱਕ ਹੈ ਯਾਰ, ਕਿਹੜੇ ਹੱਕਾਂ ਦੀਆਂ ਗੱਲਾਂ ਕਰਦੇ ਆ? ਤਾਂ ਤਾਂ ਕਹਿੰਦੇ ਆ ਉਹ ਲੋਕੋ ਉੱਠ ਖੜੋ, ਉੱਠ ਖੜੋ। ਇਹ ਇਕੱਲੇ ਮੋਦੀ ਵਰਗੇ ਨਹੀਂ, ਇਹ ਤਾਂ ਜਿਹੜੇ WTO ਦੇ ਗਾਇਡ ਦੇ ਸਮਝੌਤੇ ਨੇ, ਨਿਊ ਵਰਲਡ ਆਰਡਰ ਦੀਆਂ ਨੀਤੀਆਂ ਨੇ, ਸਾਰੀ ਦੁਨੀਆ ਲੜ ਰਹੀ ਹੈ, ਉਹ ਉੱਠ ਖੜੋ। ਪੰਜਾਬ ਵੱਲ ਪੂਰੀ ਦੁਨੀਆ ਦੇਖਦੀ ਆ, ਪੂਰੀ ਦੁਨੀਆ ਨੂੰ ਉਮੀਦ ਹੈ ਕਿ ਪੰਜਾਬ ਉੱਠੂਗਾ, ਪਰ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਹੋ, ਛੱਡ ਦਿਓ ਗੱਲਾਂ, ਇਕੱਠੇ ਹੋ ਕੇ ਲੜੋ ਬਾਈ। ਲੱਖਾ ਸਿੰਘ ਸਧਾਣਾ ਨਾਲ ਸੀ, ਕਹਿੰਦੇ ਕਿ ਲੱਤਾਂ ਖਿੱਚਣੀ ਆਪਾਂ ਛੱਡ ਦਈਏ ਅਤੇ ਇਕੱਠੇ ਹੋ ਕੇ ਲੜੀਏ, ਇਕੱਠੇ ਹੋ ਕੇ ਲੜੀਏ ਅਤੇ ਫਿਰ ਲੜਾਈ ਜਿੱਤੀ ਵੀ ਜਾਂਦੀ ਆ। ਹਾਂ, ਇਸ ਨੌਜਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨਾਲ, ਅਤੇ ਨਾਲੇ ਅਗਲੀ ਲੜਾਈ ਦੀ ਵੀ ਗੱਲ ਕੀਤੀ ਆ। ਮਿਸਲ ਕਾਲ ਵੇਲੇ ਦਾ ਇਹ ਸਟੇਜ 'ਤੇ ਵੀ ਜ਼ਿਕਰ ਹੋਇਆ ਅਤੇ ਮਿਸਲ ਕਾਲ ਵੇਲੇ ਦੀ ਹੁਣ ਵੀ ਗੱਲ ਹੋਈ ਆ। ਉਹ ਕਹਿੰਦੇ ਜਿੱਦਾਂ ਮਿਸਲ ਕਾਲ ਵੇਲੇ ਲੜਾਈ ਲੜੀ ਜਾਂਦੀ ਸੀ ਅਤੇ ਸਾਰੀਆਂ ਮਿਸਲਾਂ ਇਕੱਠੀਆਂ ਹੋ ਕੇ ਲੜਦੀਆਂ ਸੀ, ਉੱਦਾਂ ਅੱਜ ਵੀ ਕਿਸਾਨ ਆਗੂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ।